ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਸ਼ਾਨ ਦੇ ਵਿੱਚ ਦਾਸ ਨੇ ਚਾਰ ਕਲੈਣਾ ਲਿਖੀਆਂ। ਸੋ ਆਪ ਜੀ ਦੇ ਸਨਮੁਖ ਪੇਸ਼ ਕਰਨ ਜਾ ਰਹੇ ਹਾਂ। ਚੰਗਾ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ। ਸਾਰੀ ਕਹਿੰਦੇ ਦੁਨੀਆ ਜਾਣੇ, ਭਿੰਡਰਾਂ ਵਾਲੇ ਸੰਤ ਸਿਪਾਹੀ ਨੂੰ ਗੁਰੂ ਦਸ਼ਮੇਸ਼ ਦਾ ਪੁੱਤਰ ਬਣ ਕੇ ਲਿਖ ਗਿਆ ਨਵੀਂ ਕਹਾਣੀ ਨੂੰ। ਦਰਬਾਰ ਸਾਹਿਬ ਤੇ ਆਇਆ ਸੀ ਜਦ ਸਰਕਾਰਾਂ ਚੜ ਕੇ, ਸਿੰਘ ਸੂਰ ਮੇ ਉਦੋਂ ਜੰਗ ਦੇ ਮੈਦਾਨ ਵਿੱਚ ਫੜ ਕੇ, ਸੁੱਕਾ ਕੋਈ ਜਾਣ ਨਾ ਦਿੱਤਾ, ਰੱਖੇ ਸੀ ਪਿਸਟਲ ਭਰ ਕੇ। ਕੀ ਪਤਾ ਸੀ ਉਦੋਂ ਇੰਦਰਾ ਪਾਪੀ ਮਰ ਜਾਣੀ ਨੂੰ। ਸਾਰੀ ਕਹਿੰਦੇ ਦੁਨੀਆ ਜਾਣੇ, ਭਿੰਡਰਾਂ ਵਾਲੇ ਸੰਤ ਸਿਪਾਹੀ ਨੂੰ ਗੁਰੂ ਦਸ਼ਮੇਸ਼ ਦਾ ਪੁੱਤਰ ਬਣ ਕੇ ਲਿਖ ਗਿਆ ਨਵੀਂ ਕਹਾਣੀ ਨੂੰ। ਜੋ ਕਹਿੰਦੇ ਸੀ ਲੈ ਕੇ ਜਾਣਾ ਜਿਉਂਦਾ ਭਿੰਡਰਾਂ ਵਾਲਾ ਫੜ ਕੇ, ਐਸੀ ਕੀਤੀ ਮਾਲ ਤਵਾੜੀ ਫੇਰ ਨਾ ਮੁੜ ਕੇ ਰੜਕੇ। ਪਤਾ ਨਹੀਂ ਸੀ ਲੱਗਦਾ ਗੋਲੀ ਕਿੱਧਰੋਂ ਆਉਂਦੀ ਉਦੋਂ ਫੌਜ ਸਰਕਾਰੀ ਨੂੰ। ਸਾਰੀ ਕਹਿੰਦੇ ਦੁਨੀਆ ਜਾਣੇ, ਭਿੰਡਰਾਂ ਵਾਲੇ ਸੰਤ ਸਿਪਾਹੀ ਨੂੰ ਗੁਰੂ ਦਸ਼ਮੇਸ਼ ਦਾ ਪੁੱਤਰ ਬਣ ਕੇ ਲਿਖ ਗਿਆ ਨਵੀਂ ਕਹਾਣੀ ਨੂੰ। ਰੋਟਿਆਂ ਦੇ ਵਿੱਚ ਜਨਮ ਲੈ ਲਿਆ, ਰੋਟਿਆਂ ਦੇ ਵਿੱਚ ਜਨਮ ਲੈ ਲਿਆ, ਉਸ ਬੱਬਰ ਸ਼ੇਰ ਲਖੀਲੇ ਨੇ ਪੈਸੀ ਸੀ ਸਬੀ ਜੇ ਹੌਸਲੀ, ਲੱਖਾਂ ਗੱਭਰੂ ਕਿੱਲੇ ਨੇ ਬੜੀ ਡੂੰਘੀ ਸੀ ਸੋਚ ਸ਼ੇਰ ਦੀ, ਹਰ ਦਮ ਚੇਤੇ ਰੱਖਦੀ ਸੀ ਬਾਜਾਂ ਵਾਲੇ ਮਾਹੀ ਨੂੰ। ਸਾਰੀ ਕਹਿੰਦੇ ਦੁਨੀਆ ਜਾਣੇ, ਭਿੰਡਰਾਂ ਵਾਲੇ ਸੰਤ ਸਿਪਾਹੀ ਨੂੰ ਗੁਰੂ ਦਸ਼ਮੇਸ਼ ਦਾ ਪੁੱਤਰ ਬਣ ਕੇ ਲਿਖ ਗਿਆ ਨਵੀਂ ਕਹਾਣੀ ਨੂੰ। ਸਾਰੀ ਕਹਿੰਦੇ ਦੁਨੀਆ ਜਾਣੇ, ਭਿੰਡਰਾਂ ਵਾਲੇ ਸੰਤ ਸਿਪਾਹੀ ਨੂੰ ਗੁਰੂ ਦਸ਼ਮੇਸ਼ ਦਾ ਪੁੱਤਰ ਬਣ ਕੇ ਸਿੱਖ ਚੈਨ ਸਿੰਘ ਆਇਓ ਲਿਖ ਗਿਆ ਨਵੀਂ ਕਹਾਣੀ ਨੂੰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।